ਚੰਡੀਗੜ੍ਹ ਦੇ ਵਿੱਚ ਡਿਪਟੀ ਮੇਅਰ ਔਰ ਮੇਅਰ ਇਲੈਕਸ਼ਨ ਨੂੰ ਲੈ ਕੇ ਲਗਾਤਾਰ ਕਸ਼ਮਕਸ਼ ਜਿਹੜੀ ਬਣੀ ਹੋਈ ਹੈ, ਹਾਲਾਂਕਿ ਮਾਣਿਓਕੋਟ ਦੇ ਵਿੱਚ ਜ਼ਰੂਰ ਜਿਹੜਾ ਕੇਸ ਚੱਲਦਾ ਹੋਇਆ ਨਜ਼ਰ ਆਇਆ। ਸਾਡਾ ਸੌਰਵ ਜੋਸ਼ੀ ਜੀ ਬੀਜੇਪੀ ਤੋਂ ਮੌਜੂਦ ਨੇ। ਜੋਸ਼ੀ ਜੀ, ਅੱਜ ਮਾਣਿਓਕੋਟ ਦੇ ਵਿੱਚ ਸੁਣਵਾਈ ਜਿਹੜੀ ਚੱਲਦੀ ਹੋਈ ਨਜ਼ਰ ਆਈ, ਅਤੇ ਦੂਸਰੇ ਪਾਸੇ ਅਗਰ ਦੇਖਿਆ ਜਾਵੇ ਤਾਂ ਤੁਹਾਡੇ ਪਾਰਸ਼ਦ ਪੂਰੇ ਅੱਜ ਹਾਊਸ ਦੇ ਵਿੱਚ ਸੀਗੇ ਇਲੈਕਸ਼ਨ ਕਰਨ ਦੇ ਵਿੱਚ। ਮੈਨੂੰ ਸੀਗਾ ਕਿ ਤੁਸੀਂ ਪ੍ਰਸ਼ਨ ਉਲਟਾ ਪੁੱਛੋਗੇ, ਤੁਸੀਂ ਪ੍ਰਸ਼ਨ ਉਲਟਾ ਪੁੱਛਿਆ। ਅੱਜ ਤਾਂ ਇਲੈਕਸ਼ਨ ਦੀ ਡੇਟ ਸੀਗੀ, ਅਰਵਿੰਦ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਦਾ ਜਿਹੜਾ ਮੇਅਰ ਹੈ ਆਮ ਆਦਮੀ ਪਾਰਟੀ ਦਾ, ਜਿਹੜਾ ਸਰਵੋੱਚਮ ਨਿਆਲੇ ਨੇ ਬਣਾ ਕੇ ਭੇਜਿਆ ਸੀਗਾ, ਔਰ ਸਰਵੋੱਚਮ ਨਿਆਲੇ ਨੇ ਨਿਰਦੇਸ਼ ਦਿੱਤਾ ਸੀਗਾ। ਕੀ ਨਿਰਦੇਸ਼ ਦਿੱਤਾ ਸੀਗਾ? ਕਿ ਸੀਨੀਅਰ ਡਿਪਟੀ ਮੇਅਰ ਦੇ ਇਲੈਕਸ਼ਨ ਐਜ਼ ਪ੍ਰਿਜ਼ਾਈਡਿੰਗ ਅਥਾਰਟੀ ਕੌਣ ਕਰਵਾਏਗਾ? ਮੇਅਰ ਕਰਵਾਏਗਾ। ਔਰ ਅੱਜ ਡੇਟ ਕੱਢੀ ਗਈ ਸੀਗੀ 27 ਤਰੀਕ ਸਵੇਰੇ 10 ਵਜੇ ਦਾ, ਅੱਜ ਇਹ ਕਾਲਾ ਦਿਨ ਵੀ ਅਧਿਆਇ ਬਣਾਤਾ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਜਿਹੜੇ ਆਮ ਆਦਮੀ ਪਾਰਟੀ ਦਾ ਮੇਅਰ ਹੈ, ਕਿਵੇਂ ਬਣਾਤਾ ਇਹਨਾਂ ਨੇ? ਇਹਨਾਂ ਨੇ ਇਲੈਕਸ਼ਨ, ਜਿਹੜਾ ਸੰਵਿਧਾਨਿਕ ਅਧਿਕਾਰ ਹੈ ਇਲੈਕਸ਼ਨ ਦੀ ਵੋਟ ਕਾਸਟ ਕਰਨ ਲਈ, ਅਸੀਂ ਉੱਪਰ ਬੈਠੇ ਹੋਏ ਹਾਂ ਸਵੇਰੇ 10 ਵਜੇ ਦਾ, ਔਰ ਪ੍ਰਿਜ਼ਾਈਡਿੰਗ ਅਥਾਰਟੀ ਐਜ਼ ਮੇਅਰ ਗਾਇਬ ਹੋ ਚੁੱਕੇ ਇੱਥੋਂ, ਔਰ ਵਿਚਾਰੇ ਜਿਹੜੇ ਸਟਾਫ ਹੈ ਉਹ ਉੱਥੇ ਬੈਠੇ ਆ, ਉਹਨਾਂ ਨੂੰ ਸਮਝ ਨਹੀਂ ਆ ਰਹੀ ਕੀ ਕੀਤਾ ਜਾਵੇ। ਔਰ ਫੜਿਆ ਕੀ ਜਾ ਰਿਹਾ ਕਿ ਇਲੈਕਸ਼ਨ ਪਟੀਸ਼ਨ ਫਾਈਲ ਕੀਤੀ ਗਈ ਹੈ। ਭਾਈ ਸਾਹਿਬ, ਇਹ ਜਿਹੜਾ ਦੇਸ਼ ਹੈ ਸੰਵਿਧਾਨ ਨਾਲ ਚੱਲਦਾ ਹੈ, ਸੰਵਿਧਾਨ ਵਿੱਚ ਕਾਨੂੰਨ ਆਉਂਦੇ ਹੈ, ਉਸ ਕਾਨੂੰਨ ਦੇ ਤਹਿਤ ਸਾਡੇ ਇਲੈਕਸ਼ਨ ਕੀਤੇ ਜਾਂਦੇ ਹੈ। ਤੁਸੀਂ ਸੋਚੋ, ਇਲੈਕਸ਼ਨ ਕਮਿਸ਼ਨ ਨੇ ਡੇਟ ਮੁਕਰਰ ਕਰਤੀ ਹੈ, ਸਮੇਂ ਮੁਕਰਰ ਕਰਤਾ ਕਿ ਇਹ ਵਿਧਾਨ ਸਭਾ ਦੇ ਇਲੈਕਸ਼ਨ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਹੋਣੇ, ਔਰ ਸੋਚੋ ਕਿ ਦੇਸ਼ ਦੀ ਜਨਤਾ ਲਾਈਨ 'ਚ ਖੜੀ ਹੈ ਸਵੇਰੇ 9 ਵਜੇ ਵੋਟ ਕਾਸਟ ਕਰਨ ਲਈ, ਔਰ ਉਹਨਾਂ ਦੀ ਵੋਟ ਨਹੀਂ ਪਹੁੰਚ ਜਾ ਰਹੀ। ਇਸ ਤਰੀਕੇ ਦਾ ਬਨਾਨਾ ਸਟੇਟ ਇਹ ਕੇਜਰੀਵਾਲ ਨੇ ਚੰਡੀਗੜ੍ਹ ਨੂੰ ਬਣਾਤਾ, ਔਰ ਚੰਡੀਗੜ੍ਹ ਨੂੰ ਤੱਬਾ ਹਮੇਸ਼ਾ ਕੇਜਰੀਵਾਲ ਦੇ ਲਗਵਾਇਆ, ਔਰ ਇਹ ਵੀ ਤੱਬਾ ਅੱਜ ਕਾਲਾ ਦਿਨ ਕੇਜਰੀਵਾਲ ਨੇ ਲਗਵਾਇਆ। ਅਗਰ ਲਗਾਤਾਰ ਜੇ ਦੇਖਿਆ ਜਾਏ ਤਾਂ ਸਟੇ ਲੱਗ ਸਕਦੀ ਹੈ, ਲੱਗਦਾ ਵੀ ਮਾਣਿਓਕੋਟ ਵੱਲੋਂ ਸਟੇ ਲੱਗ ਸਕਦੀ ਹੈ? ਦੇਖੋ, ਜਿਹੜਾ ਮੈਟਰ ਸਬਜੂਡਾਈਜ਼ਡ ਹੈ, ਪਹਿਲੀ ਗੱਲ ਮੈਨੂੰ ਇੱਕ ਗੱਲ ਦੱਸੋ ਕਿ ਇਲੈਕਸ਼ਨ ਕਮਿਸ਼ਨ ਨੇ ਡੇਟ ਮੁਕਰਰ ਕਰ ਰੱਖੀ ਹੈ। ਇਲੈਕਸ਼ਨ ਕਮਿਸ਼ਨ ਨੇ ਜਦ ਇਲੈਕਸ਼ਨ ਦੀ ਡੇਟ ਮੁਕਰਰ ਕਰਤੀ ਕਿ ਤੁਸੀਂ ਵੋਟ ਫਲਾਂ ਦਿਨ ਆਉਣਾ ਹੈ, ਔਰ ਕਿਸੇ ਨੇ ਇਲੈਕਸ਼ਨ ਪਟੀਸ਼ਨ ਫਾਈਲ ਕੀਤੀ ਹੋਈ ਹੈ, ਔਰ ਉੱਥੇ ਸਟੇ ਮਿਲੀ ਨਹੀਂ ਮਿਲੀ, ਦੈਟ ਇਜ਼ ਅ ਡਿਫਰੈਂਟ ਇਸ਼ੂ। ਹੁਣ ਤਾਂ ਸਟੇ ਨਹੀਂ ਮਿਲੀ ਹੈ, ਤਾਂ ਕਿਆ ਇਲੈਕਸ਼ਨ ਕਮਿਸ਼ਨ ਕਿਆ ਉਹ ਖਤਮ ਕਰ ਦੇਗਾ ਇਲੈਕਸ਼ਨ ਨੂੰ? ਇਹ ਧੱਕੇਸ਼ਾਹੀ ਚੱਲ ਰਹੀ ਹੈ, ਧੱਕੇਸ਼ਾਹੀ। ਆਮ ਆਦਮੀ ਪਾਰਟੀ ਦੀ ਸਰਕਾਰ, ਕੇਜਰੀਵਾਲ ਅਤੇ ਭਗਵੰਤ ਦੀ ਸਰਕਾਰ ਨੂੰ ਸਵਾਲ ਪੁੱਛਣਾ ਚਾਹੁੰਦਾ ਹੈ, ਹੁਣ ਤੁਹਾਡੇ ਐਥਿਕਸ ਕਿੱਥੇ ਗਏ ਜਿਹੜੇ ਤੁਸੀਂ ਗੱਲਾਂ ਕਰ ਰਹੇ ਸੀਗੇ ਸਰਵੋੱਚਮ ਨਿਆਲੇ 'ਚ ਜਾ ਕੇ? ਅੱਜ ਤੁਸੀਂ ਖਰੀਦ ਫਰੋਖ ਦੀ ਰਾਜਨੀਤੀ ਖੁਦ ਸ਼ੁਰੂ ਕੀਤੀ ਹੋਈ ਹੈ, ਤੁਸੀਂ ਖੁਦ ਡਰੇ ਹੋਏ ਹੋ ਕਿ ਤੁਹਾਡੇ ਕੋਲ ਜਿਹੜਾ ਹੈਗਾ ਨਹੀਂ ਨੰਬਰ ਹੈਗਾ, ਔਰ ਤੁਸੀਂ ਇਸ ਕਾਰਨ ਸਾਰੇ ਅਨਐਥੀਕਲ ਕੰਮ ਕਰ ਰਹੇ ਹੋ। ਅਗਰ ਤਿੰਨ ਕੌਂਸਲਰਾਂ ਦੀ ਗੱਲ ਕਰੀਏ ਤਾਂ ਤਿੰਨ ਕੌਂਸਲਰ ਪਹਿਲਾਂ ਹੀ ਤੁਹਾਡੇ ਵੱਲ ਆ ਚੁੱਕੇ ਨੇ, ਤਾਂ ਲੱਗਦਾ ਕੁਝ ਹੋਰ ਕੌਂਸਲਰ ਤੁਹਾਡੇ ਸੰਪਰਕ ਦੇ ਵਿੱਚ ਨੇ? ਦੇਖੋ ਸਰ, ਪਹਿਲੀ ਗੱਲ, ਇੱਕ ਗੱਲ ਤਾਂ ਸਮਝੋ ਕਿ ਦੇਸ਼ ਦੀ ਰਾਜਨੀਤੀ ਨੂੰ ਦਿਸ਼ਾ ਔਰ ਦਸ਼ਾ ਅਗਰ ਬਦਲੀ ਹੈ ਤਾਂ ਪ੍ਰਧਾਨ ਮੰਤਰੀ ਮੋਦੀ ਜੀ ਨੇ ਬਦਲੀ ਹੈ। ਉਹਨਾਂ ਦੇ ਕੰਮਾਂ ਨੂੰ ਦੇਖ ਕੇ ਐਕਸ CM ਵਰਗੇ ਕਾਂਗਰਸ ਦੇ ਕਿੰਨੇ ਲੋਕ ਜੁਆਇਨ ਕਰ ਰਹੇ? ਉਹ ਕਰ ਰਹੇ ਕਿਉਂਕਿ ਉਹ ਥਕੇ ਬਗੈਰ, ਮਤਲਬ ਦਿਨ ਰਾਤ ਮਿਹਨਤ ਕਿਹਦੇ ਲਈ ਕਰ ਰਹੇ? ਦੇਸ਼ ਵਾਸੀਆਂ ਲਈ। ਸਾਡੀ ਨੀਤੀਆਂ ਨਾਲ ਲੋਕ ਜੁੜ ਰਹੇ ਹਨ, ਅਸੀਂ ਖਰੀਦ ਫਰੋਖਤ ਨਹੀਂ ਕਰਦੇ। ਜ਼ਰੂਰ, ਸੌਰਵ ਜੋਸ਼ੀ ਜੀ ਵੱਲੋਂ ਕਿਹਾ ਗਿਆ ਕਿ ਅਸੀਂ ਖਰੀਦ ਫਰੋਖਤ ਨਹੀਂ ਕਰਦੇ, ਸਾਡੇ ਨੀਤੀਆਂ ਨਾਲ ਹੀ ਜਿਹੜੇ ਲੋਕ ਉਹ ਚੁਣਦੇ ਹੋਏ ਨਜ਼ਰ ਆਉਂਦੇ ਨੇ। ਤਾਂ ਕਿਤੇ ਨਾ ਕਿਤੇ ਸੌਰਵ ਜੋਸ਼ੀ ਵੱਲੋਂ ਵੱਡਾ ਜਿਹੜਾ ਉਹ ਬਿਆਨ ਅੱਜ ਦੇ ਦਿੱਤਾ ਗਿਆ। ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਸੁਤਾਸ਼ੂ ਸ਼ਰਮਾ ਦੇ ਨਾਲ ਸੰਦੀਪ ਸਿੰਘ, ਅਜੀਤ TV।